ਸਮਰਾਏ ਵਿਖੇ ਲੜਕੀਆਂ ਦੇ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਸਮਰਾਏ ਕੁੜੀਆਂ ਦੇ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਸੰਤ ਬਾਬਾ ਸਾਹਿਬ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਬਾਬਾ ਧਿਆਨ ਸਿੰਘ ਜੀ ਦੀ ਰਹਿਨਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ, ਨਗਰ ਨਿਵਾਸੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਲਗਭਗ 80 ਲੱਖ ਤੋਂ ਵੱਧ ਦੀ ਲਾਗਤ ਨਾਲ ਨਵੀਂ ਬਣ ਰਹੀ ਇਮਾਰਤ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕਰਕੇ ਉਦਘਾਟਨ ਸ਼੍ਰੀਮਾਨ ਮਹੰਤ ਸਵਾਮੀ ਗਿਆਨ ਦੇਵ ਸਿੰਘ ਮਹਾਰਾਜ ਵੱਲੋਂ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿੱਚ ਸਰਦਾਰ ਅਮਰਜੀਤ ਸਿੰਘ ਸਮਰਾ, ਚੇਅਰਮੈਨ ਮਾਰਕਫੈਡ ਪੰਜਾਬ, ਸਰਦਾਰ ਪ੍ਰਗਟ ਸਿੰਘ MLA ਜਲੰਧਰ ਕੈਂਟ, ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼, ਬੱਚੇ, ਬੱਚਿਆਂ ਦੇ ਮਾਪੇ, ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਹਾਜ਼ਰ ਸਨ। ਅੱਜ ਦਾ ਜਿਹੜਾ ਇਹ ਸਮਾਰੋਹ ਆ, ਸਰਕਾਰੀ ਸੀਨੀਅਰ ਪ੍ਰਾਇਮਰੀ ਸਕੂਲ ਜਿਹੜੀ ਕੰਨਿਆ ਸਕੂਲ ਸਮਰਾਏ ਦੇ ਜਿਹੜੇ ਸੁੰਦਰ ਬਿਲਡਿੰਗ ਆ, ਉਹ ਬਹੁਤ ਹੀ ਸਤਿਕਾਰਯੋਗ ਸਾਡੇ ਮਹਾਤਮਾ ਸੰਤ ਬਾਬਾ ਧਿਆਨ ਦਾਸ ਜੀ ਡੇਰੇ ਦੇ ਮਹਾਂਪੁਰਸ਼ ਜਿਹੜੇ ਸੰਚਾਲਕ ਆ ਸਾਹਿਬ ਸਿੰਘ ਜੀ ਅਤੇ NRI ਵੀਰਾਂ ਸਮੂਹ ਸਾਧ ਸੰਗਤ ਦੁਆਰਾ ਇਹ ਜਿਹੜੇ ਸੁੰਦਰ ਇਮਾਰਤ ਆ ਅੱਜ ਸਿੱਖਿਆ ਵਿਭਾਗ ਨੂੰ ਸਮਰਪਿਤ ਹੋਣ ਜਾ ਰਹੀ ਆ। ਮਹਾਰਾਜ ਜੀ ਦੇ ਕੀਰਤਨ ਚੱਲ ਰਹੇ ਆ, ਪ੍ਰੋਗਰਾਮ ਚੱਲ ਰਿਹਾ, ਔਰ ਬਕਾਇਦਾ ਤੌਰ ਦੇ ਉੱਤੇ ਸਿੱਖਿਆ ਵਿਭਾਗ ਬਹੁਤ ਧੰਨਵਾਦ ਕਰੇਗਾ, ਧੰਨਵਾਦੀ ਹੈ ਵੀ, ਪ੍ਰੋਗਰਾਮ ਤੋਂ ਬਾਅਦ ਵੀ ਧੰਨਵਾਦ ਕੀਤਾ ਜਾਏਗਾ, ਸਟੇਜ ਤੋਂ ਵੀ ਕੀਤਾ ਜਾਏਗਾ। ਔਰ ਬਹੁਤ ਵੱਡਾ ਚੰਗਾ ਇੱਕ ਉਪਰਾਲਾ ਇਸ ਬੱਚੇ ਦੇ ਇਸ ਸਕੂਲ ਦੇ ਵਿਦਿਆਰਥੀਆਂ ਦੇ ਲਈ ਸੰਤ ਮਹਾਂਪੁਰਸ਼ਾਂ ਨੇ ਕੀਤਾ। ਸਿੱਖਿਆ ਵਿਭਾਗ ਹਮੇਸ਼ਾ ਹਮੇਸ਼ਾ ਹੀ ਸੰਤ ਮਹਾਂਪੁਰਸ਼ਾਂ ਦਾ ਇਸ ਕੰਮ ਲਈ ਰਿਣੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਉਹਨਾਂ ਦੇ ਫਰਜੰਦ ਸਤਿਕਾਰਯੋਗ ਨਿਰਵਾਣ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦਾ 525ਵਾਂ ਪ੍ਰਕਾਸ਼ ਪੁਰਬ, ਉਹਨਾਂ ਦੋਵਾਂ ਦਿਹਾੜਿਆਂ ਨੂੰ ਸਮਰਪਿਤ ਅੱਜ ਦਾ ਜੋ ਇੱਥੋਂ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਸਾਹਿਬ ਸਿੰਘ ਜੀ, ਉਹਨਾਂ ਨੇ ਸਰਕਾਰੀ ਪ੍ਰਾਇਮਰੀ ਕੰਨਿਆ ਸਕੂਲ ਦੀ ਨਵੀਂ ਇਮਾਰਤ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਨੇ ਸੇਵਾ ਲਈ ਇਹ ਮੁਕੰਮਲ ਹੋਈ ਹੈ। ਅੱਜ ਉਸ ਪ੍ਰਾਇਮਰੀ ਕੰਨਿਆ ਸਰਕਾਰੀ ਸਕੂਲ ਦਾ ਉਦਘਾਟਨ ਸਮਾਰੋਹ ਮਹਾਂਪੁਰਖਾਂ ਨੇ ਰੱਖਿਆ, ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ, ਖੜਦਰਸ਼ਨ, ਸਾਧੂ ਸਮਾਜ, ਉਚੇਚੇ ਤੌਰ 'ਤੇ ਵਿਸ਼ੇਸ਼ ਕਰਕੇ ਨਿਰਮਲ ਸੰਪਰਦਾਇ ਦੇ ਮੌਜੂਦਾ ਮੁਖੀ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਅਧਿਅਕਸ਼ ਅਨੰਤ ਸ਼੍ਰੀ ਵਿਭੂਸ਼ ਵਿੱਦਿਆ ਮਾਰਤੰਡ ਪਰਮ ਪੂਜੇ ਪਾਤ ਸ਼੍ਰੀਮੰਤ ਸਾਹਿਬ ਜੀ ਅਤੇ ਨਾਲ ਹੀ ਖੜਦਰਸ਼ਨ, ਸਾਧੂ ਸਮਾਜ, ਨਿਰਮਲੇ ਮਹਾਂਪੁਰਖ ਸਾਰੇ ਹੀ ਇਸ ਸਕੂਲ ਦੇ ਇਸ ਸਮਾਰੋਹ ਉਦਘਾਟਨ ਵਿੱਚ ਸਾਰੇ ਪਹੁੰਚੇ।